देश दुनिया की हर वड्डी खबर के लिए हुणे डाउनलोड करो नंबर 1 न्यूज ऐप दैनिक सवेरा टाइम्स। हंगामे दियां इह तस्वीरां जलंधर दे मेडीसिटी हस्पताल दियां ने जिथे एक मरीज दी मौत तो बाद परिवारक मैंबरां वल्लों हंगामा कीता गया। परिवार का आरोप है कि हस्पताल वालों उन्हां दे मरीज की सही तरह देखभाल नहीं की गई ते ना ही उन्हां नूं मरीज की मौत दे बारे दस्या गया। परिवार ने आरोप लगाया है कि जदों इस बारे डॉक्टर दे नाल गलबात की गई तो डॉक्टर उन्हां दे नाल उलझ गए ते धमकियां दित्तियां गईयां जिसकी की वीडियो भी सामने आई है। विश्वास कर रहे जे नहीं करना लड़ना है डॉक्टर सुन जिंदर भाई ठीक है तसली ना गल करो राम मैनू दसो हुण की करना बस अगली गल मैनू दसो बॉडी सानू कदों समर्पित करनी कदों सानू देनी है मैं बाकी तो कोई गल ही नहीं पुछो बॉडी लेना है चलो हुणे ले जो दिल बन नहीं ले लो करो मेरी गल जो कदों भी छोड़ दो बस गाड़ी कदों होगी फिर हुण ठीक है बस रब दे हाथ मैं साथ वास्ते नहीं रह सकता और सोचो मेरा सुर बहुत ऊंचा है इधर परिवारक मैंबरां मुताबिक 19 मार्च नूं शकुंतला देवी नूं हस्पताल च दाखिल करवाया गया सी। उस दौरान उसकी हालत इतनी बदतर सी कि उसकी मौत हो गई। परिवार का आरोप है कि हस्पताल वालों उन्होंने मौत की जानकारी नहीं दी गई। मेरी मम्मी ने असी 19 तरीक नो लैके आए हैं इतने एडमिट कराया इन्होंने बस असी उन्होंने पूछा की होया कहिंदे अंडर ऑब्जरवेशन रखे हुए आ कोई सानू रिपोर्ट अज 24 दिन हो गए कोई रिपोर्ट नहीं दसी करोना है नहीं है असी रोज़ पूछते हैं रिपोर्ट की है हाँ जी वो रिपोर्ट अज मैं देखी नहीं है मैं दसदा हाँ हाँ वो कोई रिपोर्ट नहीं सानू दिती और परसों असी आके क्या भी साडा पेशेंट ना ढिले तो ढिला ही हुंदा गया उठ चंगा भला बैठा होया आया सी और बिल्कुल ही लटाता और ज्यादा चढ़ के आया पौड़ियाँ चढ़ के आए जद असी क्या
ਹੁਣ ਪਰਸੋਂ ਵੀ ਅਸੀਂ ਕਿਹਾ ਵੀ ਅਸੀਂ ਛੁੱਟੀ ਲੈਣੀ ਆ ਵੀ ਸਾਡਾ ਪੇਸ਼ੈਂਟ ਠੀਕ ਨਹੀਂ ਹੈ ਮੈਂ ਕਿਹਾ ਮੈਨੂੰ ਦੂਰ ਪੈਂਦਾ ਆ ਤਾਂ ਅਸੀਂ ਉੱਥੇ ਜਾਣਾ ਜੌਲ ਦੇ ਮੇਰੇ ਲਾਗੇ ਪੈਂਦਾ ਆ ਕਹਿੰਦਾ ਜੌਲ ਤੁਹਾਨੂੰ ਕਿੱਦਾਂ ਲੈ ਲਊਗਾ ਕਹਿੰਦਾ ਜੌਲ ਕਿੱਦਾਂ ਲੈ ਸਕਦਾ ਆ ਕਹਿੰਦਾ ਸੀਰੀਅਸ ਆ ਪੇਸ਼ੈਂਟ ਤੁਹਾਡਾ ਕੰਡੀਸ਼ਨ ਦੱਸੋ ਪੇਸ਼ੈਂਟ ਦਾ ਨਾਮ ਕੀ ਹੈਗਾ ਤੇ ਉਹਨਾਂ ਨੂੰ ਪ੍ਰੋਬਲਮ ਕੀ ਸੀ ਸ਼ਕੁੰਤਲਾ ਰਾਣੀ ਸਾਨੂੰ ਅੱਜ ਤੱਕ ਨਹੀਂ ਪਤਾ ਸਰ ਇਹਨਾਂ ਨੇ ਨਹੀਂ ਦੱਸਿਆ ਸਾਨੂੰ ਕੀ ਪ੍ਰੋਬਲਮ ਆ ਇਹਨਾਂ ਨੇ ਕੁਛ ਨਹੀਂ ਦੱਸਿਆ ਸਾਨੂੰ ਅੱਜ ਤੱਕ ਸਿਰਫ ਅੱਜ ਆ ਕੇ ਕਹਿੰਦਾ ਜੀ ਲੰਗਸ ਪੂਰੇ ਖਤਮ ਆ ਤੁਹਾਡੇ ਇੱਕ ਇਹਨਾਂ ਨੇ ਭੇਜਿਆ ਸੀ ਇੱਕ ਮੇਰੇ ਵਟਸਐਪ ਤੇ ਭੇਜਿਆ ਆ ਉਹਨਾਂ ਨੇ ਸਿਰਫ ਲੰਗਸ ਦੀ ਪ੍ਰੋਬਲਮ ਦੱਸੀ ਸੀ ਵੀ ਕਹਿੰਦੇ ਸੀ ਵੀ ਇਦਾਂ ਆ ਵੀ ਇਹਨਾਂ ਨੂੰ ਥੋੜਾ ਸਾਹ ਦੀ ਪ੍ਰੋਬਲਮ ਕੋਰੋਨਾ ਰਿਪੋਰਟ ਤਾਂ ਦਿੱਤੀ ਨਹੀਂ ਸਾਨੂੰ ਤੇ ਇਹਨਾਂ ਨੇ ਠੀਕ ਹੋ ਜਾਣਾ 2-3 ਦਿਨ ਪਹਿਲਾਂ ਦੀ ਡਾਕਟਰ ਦੀ ਸਟੇਟਮੈਂਟ ਆ ਤੇ ਪਰ ਅਸੀਂ ਕੱਲ ਵੀ ਜਦੋਂ ਪੇਸ਼ੈਂਟ ਨੂੰ ਮਿਲੇ ਆ ਬਿਲਕੁਲ ਠੀਕ ਸੀ ਪੇਸ਼ੈਂਟ ਦੀ ਇਹ ਕੰਪਲੇਂਟ ਸੀ ਮੈਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਰੋਟੀ ਪਾਣੀ ਨਹੀਂ ਪੁੱਛਿਆ ਜਾ ਰਿਹਾ ਇਸ ਕਰਕੇ ਮੈਨੂੰ ਇੱਥੋਂ ਲੈ ਜਾਓ ਵੀ ਮੈਂ ਬਿਲਕੁਲ ਠੀਕ ਆ ਮੈਂ ਫੀਲ ਕਰ ਕੇ ਪਿਆਸ ਪਿਆਸ ਨੇ ਮਰ ਗਈ ਪਾਣੀ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਨੂੰ ਫੋਨ ਤੇ ਆ ਬੇਟਾ ਮਿਲ ਕੇ ਗਿਆ ਕੱਲ ਮੈਨੂੰ ਪੁੱਛੋ ਕੱਲ ਕਿ ਮੈਂ ਕੱਲ ਗਿਆ ਜੀ ਦੁਪਹਿਰ ਨੂੰ ਮਿਲਣ ਵਾਸਤੇ ਇੱਕਦਮ ਮੌਕੇ ਸੀਗੇ ਵਧੀਆ ਸੀਗੇ ਮੈਂ ਉਹਨਾਂ ਨੂੰ ਹਲਕਾ ਜਿਹਾ ਪੁਸ਼ ਕੀਤਾ ਆਪਣੇ ਆਪ ਉੱਠ ਕੇ ਬੈਠੇ ਮੰਮੀ ਮੇਰੇ ਔਰ ਬਿਲਕੁਲ ਮੈਨੂੰ ਕਹਿੰਦੇ ਇੱਕਦਮ ਮੈਂ ਸਹੀ ਹਾਂ ਇਹਨਾਂ ਨੇ ਮੈਨੂੰ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਉੱਥੇ ਦੂਜੇ ਪਾਸੇ ਹੰਗਾਮੇ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਹਸਪਤਾਲ ਪਹੁੰਚੀ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਲਿਖਤ ਸ਼ਿਕਾਇਤ ਅਜੇ ਨਹੀਂ ਮਿਲੀ ਹੈ ਸ਼ਿਕਾਇਤ ਮਿਲਣ ਤੋਂ ਬਾਅਦ ਜੋ ਵੀ ਕਾਰਵਾਈ ਹੋਵੇਗੀ ਉਹ ਕਰਾਂਗੇ ਸਾਨੂੰ ਫੋਨ ਆਇਆ ਸੀ ਵਿੱਚ ਕੋਵਿਡ ਦਾ ਕੋਈ ਮੈਡੀਕੇਸ਼ਨ 'ਚ ਜਿਹੜਾ ਦਾਖਲ ਸੀਗਾ ਅਤੇ ਉਹ ਇਹਨਾਂ ਦਾ ਮਾੜਾ ਮੋਟ ਕੋਈ ਹੋਇਆ ਆਪਸ ਵਿੱਚ ਸਾਨੂੰ ਕੋਈ ਐਪਲੀਕੇਸ਼ਨ ਦੋਵਾਂ ਤਰ੍ਹਾਂ ਤੋਂ ਨਹੀਂ ਮਿਲੀ ਹੈ ਜੇ ਕੋਈ ਸਾਨੂੰ ਮਿਲੂਗੀ ਤਾਂ ਫਿਰ ਵੇਖਦੇ ਜਿਵੇਂ ਪੇਸ਼ੈਂਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਰਿਪੋਰਟ ਨਹੀਂ ਦਿੱਤੀ ਜਾਂ ਪੋਜ਼ੀਟਿਵ ਜਾਂ ਨੈਗੇਟਿਵ ਰਿਪੋਰਟ ਡਾਕਟਰਾਂ ਨੇ ਦੇਣੀ ਹੈ ਜਾਂ ਸਿਵਲ ਹਸਪਤਾਲ ਉਹਨਾਂ ਦਾ ਕੰਮ ਹੈ ਸਾਨੂੰ ਕੋਈ ਰਿਟਨ 'ਚ ਜੋ ਮਿਲੂਗਾ ਉਹਦਾ ਅਸੀਂ ਕਰਾਂਗੇ ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ 'ਚ ਅਨਬਨ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84-374-94-647 84-374-94-648 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ 'ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98 788 0 48 88 617